ਸੋਲਨ ਦੇ ਵਿੱਚ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਆ ਕਿਉਂਕਿ ਤੁਸੀਂ ਦੇਖਿਆ ਪੰਜਾਬ ਹਰਿਆਣੇ ਦਾ ਲੰਗਰ ਜਿਹੜਾ ਸਾਂਝਾ ਚੱਲ ਰਿਹਾ ਅਤੇ ਉਸ ਲੰਗਰ ਦੇ ਵਿੱਚ ਇੱਕ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣੀਆਂ ਚਾਹੁੰਦੇ ਹਾਂ ਕਿਉਂਕਿ ਜਲੇਬੀਆਂ ਰੰਗ ਵੀ ਤੇ ਚੇਂਜ ਹੋ ਚੁੱਕਿਆ ਕਿਉਂਕਿ ਕਿਸਾਨਾਂ ਨੇ ਰੰਗ ਜੈਲੋ ਦੀ ਜਗ੍ਹਾ ਹਰਾ ਕਰਤਾ ਜਲੇਬੀਆਂ ਦਾ। ਬੇਨਤੀ ਕਰੂੰਗਾ ਵੀ ਆਪਣੀਆਂ ਜਲੇਬੀਆਂ ਬਣੀ ਜਾਂ ਹਰੇ ਰੰਗ ਦੀਆਂ ਦਿਖਾਉਣ ਕਿਉਂਕਿ ਅਸੀਂ ਪਹਿਲੀ ਵਾਰ ਦੇਖੀਆਂ ਕਿਉਂਕਿ ਅਸੀਂ ਹੁਣ ਤੱਕ ਹਰੇ ਰੰਗ ਦੀ ਜਲੇਬੀ ਕਦੇ ਦੇਖੀ ਨਹੀਂ ਸੀ ਪਰ ਅਸੀਂ ਜਾ ਰਹੇ ਸੀ ਤੁਰੇ ਅਤੇ ਅਸੀਂ ਦੇਖਿਆ ਅਤੇ ਹਰੇ ਰੰਗ ਦੀਆਂ ਜਲੇਬੀਆਂ ਨਿਕਲ ਰਹੀਆਂ ਅਤੇ ਆਪਾਂ ਗੱਲ ਕਰਾਂਗੇ ਵੀਰਾਂ ਨਾਲ ਜੋ ਕਿ ਇਹ ਜਲੇਬੀਆਂ ਕੱਢ ਰਹੇ ਨੇ ਕਿਉਂਕਿ ਕ੍ਰਾਂਤੀ ਦੇ ਨਾਲ ਨਾਲ ਅੰਦੋਲਨ ਦੇ ਨਾਲ ਇੱਕ ਨਵੀਂ ਕ੍ਰਾਂਤੀ ਜਿਹੜੀ ਹਰੇ ਰੰਗ ਦੀ ਜਲੇਬੀਆਂ ਦੇ ਵਿੱਚ ਵੀ ਲਿਆਉਂਦੀ ਇਹਨਾਂ ਨੇ। ਆਪਾਂ ਵੀਰ ਜੀ ਨਾਲ ਗੱਲ ਕਰਦੇ ਹਾਂ। ਵੀਰ ਜੀ ਕਿਹੜੀ ਜਗ੍ਹਾ ਤੋਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਹਰਿਆਣੇ ਜੀਨ ਡਿਸਟ੍ਰਿਕਟ ਆ ਜੀ, ਮੇਰਾ ਨਰਵਾਣੇ ਕੋਲ ਮੇਰਾ ਪਿੰਡ ਪੈਂਦਾ, ਮੇਰਾ ਨਾਮ ਵਿੱਕੀ ਚਾਹਲ ਆ। ਆਪਾਂ ਹਰੀ ਜਲੇਬੀਆਂ ਤਾਂ ਕੱਢੀ, ਆਪਣਾ ਨਿਸ਼ਾਨ ਹਰਾ ਵਾ, ਆਪਣੇ ਝੰਡੇ ਹਰੇ ਆ, ਹਰੀ ਕ੍ਰਾਂਤੀ ਆਪਾਂ ਲੈ ਕੇ ਆਏ ਹਰਿਆਣਾ ਪੰਜਾਬ। ਆਪਾਂ ਹਰੀ ਕ੍ਰਾਂਤੀ ਲੈ ਤਾਂ ਆਏ ਪਰ ਆਪਣੀ ਜ਼ਮੀਨਾਂ ਦਾ ਬੇੜਾ ਗਰਕ ਕਰਾ ਬੈਠੇ, ਪਾਣੀ ਸਾਡਾ ਰਿਹਾ ਨਹੀਂ ਸਾਡੇ ਕੋਲ, ਗਰਾਊਂਡ ਵਾਟਰ ਬਿਲਕੁਲ ਖਤਮ ਹੋ ਗਿਆ ਅਤੇ ਆਪਾਂ ਕੋਈ ਪਾਰਟੀਬਾਜ਼ੀ ਨਹੀਂ ਹੈਗੀ ਇੱਥੇ। ਆਪਣਾ ਕਿਸਾਨ ਯੂਨੀਅਨ ਦਾ ਰੰਗ ਆ ਹਰਾ ਨਾ ਜੀ, ਕਿਸਾਨੀ ਦਾ ਰੰਗ। ਹਾਂ, ਕਿਸਾਨੀ ਦਾ ਰੰਗ ਆਪਣਾ, ਕਿਸਾਨੀ ਦੇ ਰੰਗ ਦੇ ਨਾਲ ਨਾਲ ਮਿਠਾਈ ਦਾ ਰੰਗ ਵੀ ਹਰਾ ਹੀ ਕਰਦਾ। ਕਿਸਾਨੀ ਦੇ ਰੰਗ ਨਾਲ ਨਾਲ ਮਿਠਾਈ ਦਾ, ਮੈਂ 2 ਦਿਨ ਹੋ ਗਏ ਜੀ ਕਹਿੰਦਿਆਂ ਨੂੰ, ਮੈਂ ਕਿਹਾ ਆਪਾਂ ਜਲੇਬੀ ਜੇ ਜਲੇਬੀਆਂ ਲੰਗਰ ਕਰਨਾ ਆਪਾਂ ਹਰੀ ਜਲੇਬੀਆਂ ਕਰਨੀ ਆ, ਆਪਣੇ ਰੰਗ ਵਾਲੀਆਂ ਜਿਹੜਾ ਆਪਣਾ ਹਰਾ ਰੰਗ ਆ। ਹਾਂਜੀ, ਅਤੇ ਆਪਾਂ ਵੀਰ ਜੀ ਕਿਹੜੀ ਜਗ੍ਹਾ ਤੋਂ? ਬਹਾਦਰਗੜ੍ਹ ਸੀ, ਅਤੇ ਬਹਾਦਰਗੜ੍ਹ ਹਰਿਆਣਾ। ਠੀਕ ਆ, ਅਤੇ ਕੀ ਇਹ ਹਰੇ ਰੰਗ ਦਾ ਸੋਚ ਕਿੱਥੋਂ ਉੱਠੀ? ਹਰੇ ਰੰਗ ਦੀ ਸੋਚ ਜੀ, ਆਪਣੇ ਕਿਸਾਨ ਭਾਈ ਆ ਬੈਠੇ ਆ ਸਾਰੇ ਕੇ ਸਾਰੇ, ਹਰੀ ਕ੍ਰਾਂਤੀ ਲੈ ਕੇ ਆਏਗੇ ਯਹਾਂ ਪੇ, ਔਰ ਮੋਦੀ ਜੀ ਕੋ ਇਹ ਦਿਖਾਉਣਾ ਹੈ ਕਿ ਹਰਿਆਣਾ ਪੰਜਾਬ ਭਾਈਚਾਰਾ ਇਕੱਠਾ ਹੈ, ਅਰੇ ਤਿੰਨੋਂ ਬਿੱਲ ਰੱਦ ਕਰਵਾ ਕੇ ਹੀ ਮਾਨੇਗੇ। ਜੇ ਮੋਦੀ ਸਾਹਿਬ ਬਿੱਲ ਨਹੀਂ ਕੈਂਸਲ ਕਰਦੇ ਫਿਰ ਕੀ? ਨਹੀਂ, ਆਪਾਂ ਫਿਰ ਦੇਖਦੇ ਹੈ ਜੋ ਅੱਗੇ ਔਡਰ ਆਏਗਾ, ਜੋ ਆਪਣੇ ਭਾਈਚਾਰੇ ਜੋ ਆਪਣੇ ਬਜ਼ੁਰਗ ਹੈ ਉਹ ਜੋ ਬੋਲੇਗੇ ਫਿਰ ਹਮ ਵਹੀ ਕੰਮ ਕਰੇਂਗੇ। ਇਹ ਸੀ ਹਰੇ ਰੰਗ ਦੀ ਕ੍ਰਾਂਤੀ ਦੀ ਮਠਿਆਈ ਦੀ ਗੱਲ ਚੱਲਦੀ ਸੀ ਅਤੇ ਅਸੀਂ ਜਾਂਦੇ ਹੋਏ ਦੇਖਿਆ ਤੇ ਜਲੇਬੀਆਂ ਹਰੇ ਰੰਗ ਦੀਆਂ ਅਤੇ ਮੈਨੂੰ ਲੱਗਦਾ ਵੀ ਅੱਗੇ ਅੱਗੇ ਹੋਰ ਸਬਜ਼ੀਆਂ ਦਾ ਅਤੇ ਹੋਰ ਮਠਿਆਈਆਂ ਦਾ ਰੰਗ ਵੀ ਹਰਾ ਹੋ ਸਕਦਾ। ਜਿੰਨਾ ਲੰਬਾ ਇਹ ਅੰਦੋਲਨ ਚੱਲੂਗਾ ਅਤੇ ਹਰਾ ਰੰਗ ਵੱਧਦਾ ਹੀ ਜਾਊਗਾ ਅਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਦੋਲਨ। ਅਸੀਂ ਵੱਖ ਵੱਖ ਤਸਵੀਰਾਂ ਤੁਹਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਦਿਖਾਈਆਂ ਪਰ ਇਸ ਨਹੀਂ ਪੱਗ ਤੁਹਾਨੂੰ ਵੀ ਹਰੀ ਚ ਬਹੁਤ ਸੋਹਣੀ ਲੱਗੂਗੀ। ਆਹਾ, ਕੀ ਬਾਤ ਆ! ਵੀਰ ਜੀ ਕਹਿੰਦੇ ਵੀ ਪੱਗ ਹਰੀ ਬੰਨਿਆ ਕਰੋ ਅਤੇ ਹਰਾ ਰੰਗ ਸਾਨੂੰ ਦਿੱਤਾ ਨਹੀਂ ਕਿਸੇ ਨੇ ਅਤੇ ਅੱਗੇ ਦੇਖਦੇ ਜੇ ਕਿਤੇ ਪੱਗਾਂ ਦਾ ਲੰਗਰ ਚੱਲਦਾ ਹੋਵੇ ਤਾਂ ਪੱਗ ਹਰੇ ਰੰਗ ਦੀ ਲੈਂਦੇ ਹਾਂ ਅਸੀਂ। ਕੋਈ ਗੱਲ ਨਹੀਂ।